ਬੀਤੇ ਦਿਨੀ ਨਾਭਾ ਸ਼ਹਿਰ ਦੀ ਪ੍ਰੇਮ ਨਗਰ ਬੋੜਾ ਗੇਟ ਕਲੋਨੀ ਵਿਖੇ ਸੁਰਿੰਦਰ ਸਿੰਘ ਨਾਮ ਦੇ ਨੌਜਵਾਨ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ ਸੀ, ਜਿਸ ਦੀ ਅੰਤਿਮ ਅਰਦਾਸ ਪ੍ਰਕਿਰਿਆ ਲਈ ਗਰੀਬ ਪਰਿਵਾਰ ਗੁਰਦੁਆਰਾ ਯਾਦਗਾਰੀ ਬਾਬਾ ਜੀਵਨ ਸਿੰਘ ਰੰਗਰੇਟਾ ਸਾਹਿਬ ਵਿਖੇ ਭੋਗ ਪਾਉਣ ਲਈ ਬੁਕਿੰਗ ਕਰਵਾਉਣ ਗਿਆ ਤਾਂ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਨੇ ਉਹਨਾਂ ਤੋਂ 2100 ਰੁਪਏ ਦੀ ਮੰਗ ਕੀਤੀ, ਪਰ ਜਦੋਂ ਗਰੀਬ ਪਰਿਵਾਰ ਵੱਲੋਂ ਆਪਣੀ ਹੈਸੀਅਤ ਮੁਤਾਬਿਕ ਪੈਸੇ ਘੱਟ ਕਰਨ ਨੂੰ ਕਿਹਾ ਗਿਆ ਤਾਂ ਗੁਰਦੁਆਰੇ ਦੇ ਪ੍ਰਬੰਧਕਾਂ ਨੇ ਹਾਲ ਕਮਰੇ 'ਤੇ ਤਾਲਾ ਲਾ ਦਿੱਤਾ ਅਤੇ ਹੁਣ ਪੀੜਤ ਪਰਿਵਾਰ ਨੇ ਪੁਲਿਸ ਵਿੱਚ ਰਿਪੋਰਟ ਦਰਜ ਕਰਵਾ ਕੇ ਇਨਸਾਫ਼ ਦੀ ਮੰਗ ਕੀਤੀ ਹੈ। ਮੇਰੇ ਭਤੀਜੇ ਦੀ ਡੈਥ ਹੋ ਗਈ ਸੀ ਭੋਗ ਪਾਉਣਾ ਦੀ, ਉਰੇ ਕਹਿੰਦੇ 2100 ਰੁਪਇਆ ਦੇਵੋ, ਮੈਂ 2100 ਦੀ ਸਾਨੂੰ ਪਰਚੀ ਦਿਓ, ਕਹਿੰਦੇ ਪਰਚੀ ਸੀ ਕੋਈ ਦਿੰਦੇ ਨਹੀਂ, ਆਸ਼ਰ ਵੀ ਹੈ ਜੀ ਕਾਰਤੀ ਦੇਵੀ ਆ ਉਰੇ, ਬਸ ਧੱਕੇ ਨਾਲ ਜੀ ਗੁੰਡਾ ਕਰਦੀ, ਹੋਰ ਕੁਛ ਨਹੀਂ ਹੈਗੇ, ਆਸ਼ਾ ਜੀ ਬੀਜ ਹੈ ਕਾਰਤੀ ਦੇਵੀ, ਇਸ ਟਾਈਮ ਮੁਹੱਲੇ ਦੇ ਨੇ ਜੀ ਸਾਰੇ, ਤੁਸੀਂ ਗੁੰਡਾ ਕਰਦੀ ਸਾਰਿਆਂ ਤੋਂ, ਜਿੰਨੀਆਂ ਪ੍ਰਚੂਨ ਦੀਆਂ ਦੁਕਾਨਾਂ ਨੇ ਸੌਦੇ ਬੰਨੇ ਹੋਏ ਨੇ, ਇੱਕ ਨੇ ਰਿਮਾਇਡਰ ਚੱਕਿਆ ਦੁਕਾਨ ਤੋਂ, ਕਿਸ ਤਾਂ ਗੁਰਦੁਆਰੇ ਦੇ ਕਿਰਾਏ ਚੋਂ ਕੱਟ ਰਹੀਆਂ ਨੇ। ਚਲੋ ਜੇ ਪੈਸੇ ਲੈਂਦੇ ਨਹੀਂ ਕਿਤੇ ਲੱਗਣ ਵੀ, ਸਾਨੂੰ ਦੇਖਣ ਲੱਗੇ ਪੈਸੇ ਦਿੰਨੇ ਵੀ ਅਸੀਂ, ਪੈਸੇ ਲੱਗਣ ਕਿਤੇ, ਉਹ ਤਾਂ ਆਪਣੀਆਂ ਜੇਬਾਂ ਲਹਿਦਾ ਲਹਿਦਾ ਸਾਹਮਣੇ ਬਣਾਈਆਂ ਹੋਈਆਂ ਨੇ, ਕੋਈ ਸਲਿੱਪ ਨਹੀਂ ਜੀ, ਕੋਈ ਸਲਿੱਪ ਨਹੀਂ ਦਿੰਦੇ ਨੇ, ਨਾ ਹੀ ਨਾ ਇਹ ਆਪਣੇ ਭਾਈਚਾਰੇ ਦੀ, ਬਾਬਾ ਜੀਵਨ ਸਿੰਘ ਇਹ ਸਾਡੇ ਬਜ਼ੁਰਗਾਂ ਦੀ ਬਦੌਲਤ ਬਣਾਈ, ਵੱਡ ਵਡੇਰੇ ਦੀ ਬਦੌਲਤ। ਜਦ ਹੁਣ ਕੋਈ ਮਰ ਜਾਂਦਾ ਇਹ ਉਹਦੀ ਕਾਹਦੀ ਪਰਚੀ ਕਟਾਉਂਦੇ ਨੇ, ਭੋਗ ਕਿਉਂ ਨਹੀਂ ਪਾਉਣ ਦਿੰਦੇ, ਕੋਈ ਗਰੀਬ ਆ ਪੁੱਤ ਯਾਰਾ, ਉਹਦਾ ਤਾਂ ਇੱਕ ਪੁੱਤ, ਛੋਟੇ ਛੋਟੇ ਨਿਆਣੇ ਉਹਨੂੰ ਕਹਿੰਦੇ ਰਾਤ ਕਹਿੰਦੇ 2500 ਰੁਪਈਆ ਦੇ ਕੇ ਜਾ, ਕਹਿੰਦੇ ਤਾਂ ਭੋਗ ਪਾਉਣ ਦੇਵਾਂਗੇ, ਇਹ ਕੋਈ ਇਨਸਾਫ ਆ ਪੁੱਤ ਗੁਰਦੁਆਰੇ 'ਚ? ਆਪਾਂ ਦੇਵੇ ਅਗਲਾ ਹੈ ਨਾ, ਇਹ ਅੜ ਕੇ ਪੈਸਾ ਲੈਂਦੇ ਨੇ, ਜੇ ਉਹ ਮੁੰਡੇ ਦੇ ਬਾਪ ਕਹਿੰਦਾ ਵੀ ਮੇਰੇ ਕੋਲ ਹੈ ਹੀ ਨਹੀਂ ਤਾਂ ਉਹਨੂੰ ਰਾੜਾ ਲੈ ਕੇ ਮਾਰਨ ਲੱਗ ਗਏ। ਅਸੀਂ ਮੰਗ ਕਰਦੇ ਹਾਂ ਵੀ ਗੁਰਦੁਆਰੇ 'ਚ ਜੇ ਕੋਈ ਗਰੀਬ ਬੰਦਾ ਉਹ ਤੋਂ ਵੀ ਨਹੀਂ ਪੈਸੇ ਲੈਣੇ ਚਾਹੀਦੇ, ਜੇ ਕਿਸੇ ਦੀ ਮਰਗ ਤਾਂ ਉਹ ਤੋਂ ਵੀ ਨਹੀਂ ਲੈਣੇ ਚਾਹੀਦੇ, ਸਾਡੀ ਇਹ ਮੰਗ ਆ। ਉਹ ਚਾਬੀ ਦੇਣ ਤੋਂ ਮਨਾ ਕਰ ਰਿਹਾ, ਕਹਿੰਦੇ ਅਸੀਂ ਚਾਬੀ ਨਹੀਂ ਦੇਣੀ ਹੈਗੀ, ਸਾਨੂੰ ਚਾਬੀ ਕਿਸੇ ਹਾਲ 'ਚ ਵੀ ਚਾਹੀਦੀ ਆ, ਅਤੇ ਹੁਣ ਉਹ ਨਹੀਂ ਦੇ ਰਹੇ ਹੈਗੇ ਸਾਨੂੰ, ਚਾਬੀ ਦਵਾ ਕੇ ਦਿਓ ਉਹਨਾਂ ਤੋਂ। ਹਾਂਜੀ ਸਾਂਝਾ ਗੁਰਦੁਆਰਾ ਸਰ, ਅਸੀਂ ਸਾਰਾ ਦੁੱਖ ਸੁੱਖ ਇਸੇ ਗੁਰਦੁਆਰੇ 'ਚ ਹੁੰਦਾ ਸਭ ਦਾ, ਪੈਸੇ ਮੰਗਣ ਦਾ ਉਹਨਾਂ ਦਾ ਕੋਈ ਹੱਕ ਨਹੀਂ ਹੈਗਾ। ਜਿਹੜੀ ਆਰਤੀ ਦੇਵੀ ਕਹਿੰਦੇ ਨੇ ਵੀ ਪ੍ਰਧਾਨ ਆ, ਉਹਦਾ ਤਾਂ ਬਿਲਕੁਲ ਲੇਡੀਜ਼ ਨੂੰ ਤਾਂ ਕਦੇ ਪ੍ਰਧਾਨ ਬਣਾ ਨਹੀਂ ਚਾਹੀਦਾ ਗਾ, ਬੰਦਾ ਹੋਵੇ ਬੰਦੇ ਵਾਂਗੂ ਗੱਲ ਕਰੇ, ਹੁਣ ਛੁਪ ਕੇ ਬੈਠੇ ਨੇ ਘਰਾਂ 'ਚ, ਅਸੀਂ ਚਾਬੀ ਦੇਣ ਤੋਂ ਵੀ ਨਹੀਂ ਮੂਹਰੇ ਆ ਰਹੇ। ਅੱਜ ਕਰਾਈ ਹੋਈ ਹੈ ਸਰ, ਉਹ ਵੀ ਕਹਿੰਦੇ ਸੀ ਆਉਣ ਵਾਸਤੇ, ਹੁਣ ਉਹ ਚਾਬੀ ਦੇਣ ਵਾਲਾ ਨਹੀਂ ਬਾਹਰ ਨਿਕਲ ਰਿਹਾ, ਹੱਸਦੇ ਨੇ ਉੱਤੋਂ ਲੋਕਾਂ ਨੂੰ ਦੇਖ ਕੇ, ਸਾਨੂੰ ਦੇਖ ਕੇ ਨਾਰੇ ਲਾਉਂਦੇ ਨੇ ਜਿੰਦਾਬਾਦ। ਸਰ ਸਾਰਿਆਂ ਤੋਂ ਇਸ ਤਰ੍ਹਾਂ ਹੀ ਮੰਗ ਰਹੇ ਨੇ ਕਿ ਗਰੀਬ ਨਹੀਂ ਦੇਖਣਾ, ਕੋਈ ਅਮੀਰ ਨਹੀਂ ਦੇਖਣਾ ਗਾ, ਪੈਸੇ ਲੈਣ ਮੂੰਹ ਚੱਕ ਕੇ ਆ ਜਾਂਦੇ ਨੇ। 1100 ਦੇ ਬੰਦੇ ਦੀ ਸ਼ਰਧਾ ਹੈਗੀ, ਬੰਦਾ ਜਿੰਨਾ ਮਰਜ਼ੀ ਦੇ ਸਕਦਾ, ਮੰਗੇ ਤਾਂ ਨਹੀਂ ਕੋਈ ਇੰਨਾ ਦੇ ਸਕਦਾ ਹੈਗਾ। ਮਾਮਲਾ ਇੱਥੇ ਨਾ ਇੱਕ ਨੌਜਵਾਨ ਦੀ ਮੌਤ ਹੋ ਗਈ ਸੀ, ਉਹਦੇ ਸੰਨ 'ਚ ਉਸ ਪਾਰਟੀ ਨੇ ਇੱਥੇ ਭੋਗ ਪਾਉਣਾ ਸੀਗਾ, ਅਤੇ ਇੱਥੇ ਆਸ਼ਾ ਵਗੈਰਾ ਕੋਈ ਹੈਗੇ ਨੇ 3-4 ਬੰਦੇ ਜਿਹੜੇ ਮੋਹਤਵਰ ਨੇ, ਜਿਹੜੇ ਧੱਕਾ ਕਰਦੇ ਨੇ, ਇਹਨਾਂ ਦੇ ਦੱਸਣ ਮੁਤਾਬਕ ਵੀ ਗੋਲਕ ਵੀ ਤੋੜਦੇ ਨੇ ਉਹ, ਅਤੇ ਇਹਨਾਂ ਦਾ ਡਿਪਟੀ ਸਾਹਿਬ ਕੋਲ ਮਾਮਲਾ ਚੱਲਦਾ, ਅਤੇ ਕੱਲ੍ਹ ਨੂੰ ਉੱਥੇ 10 ਵਜੇ ਲੈ ਕੇ ਜਾਵਾਂਗੇ, ਜੈਸੀ ਸੂਰਤ ਹੋ ਕਾਰਵਾਈ ਹੋ ਜਾਵੇਗੀ। ਨਹੀਂ ਜੋ ਡਿਪਟੀ ਸਾਹਿਬ ਇਨਕੁਆਇਰੀ ਕਰ ਰਹੇ ਨੇ, ਫਿਰ ਉਹ ਜਿਵੇਂ ਕਹਿਣਗੇ ਕਰਾਂਗੇ।